ਸਿੱਧੂ ਮੂਸੇਵਾਲੇ ਦੇ ਫੈਨਸ ਦੇ ਲਈ ਬੇਹਦ ਵੱਡੀ ਖੁਸ਼ਖਬਰੀ ਹੁਣ ਤੁਹਾਨੂੰ ਨਹੀਂ ਕਰਨਾ ਪਵੇਗਾ ਹੋਰ ਇੰਤਜ਼ਾਰ ਜੀ ਹਾਂ ਤੁਹਾਨੂੰ ਦੱਸਦੀ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਲ ਫੋਲੋਇੰਗ ਬਹੁਤ ਜ਼ਿਆਦਾ ਹੈ ਤੇ ਉਸਦੇ ਫੈਨ ਲਗਾਤਾਰ ਉਸਦੇ ਨਵੇਂ ਗੀਤ ਦੀ ਉਡੀਕ ਕਰਦੇ ਰਹਿੰਦੇ ਨੇ ਤਾਂ ਹੁਣ ਫੈਨਸ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਹੁਣ ਸਿੱਧੂ ਦੇ ਫੈਨਸ ਨੂੰ ਉਸਦੇ ਗੀਤਾ ਦੀ ਉਡੀਕ ਨਹੀਂ ਕਰਨੀ ਪਵੇਗੀ ਕਿਉਂਕਿ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ ਜੀ ਹਾਂ ਕਦੋਂ ਹੋਏਗਾ ਸਿੱਧੂ ਦਾ ਗੀਤ ਰਿਲੀਜ਼ ਕਿਹੜਾ ਗੀਤ ਰਿਲੀਜ਼ ਹੋਣ ਵਾਲਾ ਪੂਰੀ ਜਾਣਕਾਰੀ ਦਿਨੇ ਆ ਵੀਡੀਓ ਦੇ ਮਾਧਮ ਦਰਾਹੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਗਿਆ ਪਰ ਬੇਸ਼ੱਕ 1 ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ ਉਸ ਨੂੰ ਇਸ ਦੁਨੀਆ ਤੋਂ ਗਿਆ ਨੂੰ ਪਰ ਫਿਰ ਵੀ ਅੱਜ ਤੱਕ ਵੀ ਹਰ ਇੱਕ ਵਿਅਕਤੀ ਦੇ ਦਿਲ ਦੇ ਵਿੱਚ ਵੱਸਦਾ ਹੈ ਦਿਲ ਦੇ ਵਿੱਚ ਜਿਉਂਦਾ ਹੈ ਹਵੇਲੀ ਦੇ ਵਿੱਚ ਗਿਆ ਲੋਕਾਂ ਦਾ ਇਕੱਠੇ ਇਹ ਦੱਸਦਾ ਹੈ ਕਿ ਲੋਕ ਸਿੱਧੂ ਨੂੰ ਕਿੰਨਾ ਚਾਹੁੰਦੇ ਨੇ ਸਿੱਧੂ ਦੀ ਕਿਸ ਤਰੀਕੇ ਦੇ ਨਾਲ ਉਡੀਕ ਕਰ ਰਹੇ ਨੇ ਸਿੱਧੂ ਦੇ ਇਨਸਾਫ ਕਿਸ ਤਰੀਕੇ ਦੇ ਨਾਲ ਮੰਗਦੇ ਨੇ ਦੱਸਦੇ ਕਿ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਉਸਦੇ ਤਿੰਨ ਗੀਤ ਰਿਲੀਜ਼ ਕੀਤੇ ਗਏ ਜਿਨ੍ਹਾਂ ਨੂੰ ਲੋਕਾਂ ਦਾ ਭਰਮਾ ਹੁੰਗਾਰਾ ਮਿਲਿਆ ਲੋਕਾਂ ਨੇ ਮਿੰਟਸ ਕਿੰਟਾ ਦੇ ਵਿੱਚ ਮਿਲੀਅਨਸ ਦੇ ਵਿੱਚ ਪਹੁੰਚਾ ਦਿੱਤੇ ਸਿੱਧੂ ਮਸੇਵਾਲੇ ਦੇ ਗੀਤ ਤੇ ਅਕਸਰ ਹੀ ਸਿੱਧੂ ਮਸੇਵਾਲੇ ਦੇ ਫੈਨਸ ਸਿੱਧੂ ਦੇ ਨਵੇਂ ਤੋਂ ਨਵੇਂ ਗੀਤ ਦੀ ਉਡੀਕ ਕਰਦੇ ਨੇ ਤੁਹਾਨੂੰ ਦੱਸਦੀ ਕਿ ਸਿੱਧੂ ਦਾ ਇੱਕ ਹੋਰ ਗੀਤ ਇਸੇ ਹਫ਼ਤੇ ਦੇ ਵਿੱਚ ਰਿਲੀਜ਼ ਹੋ ਰਿਹਾ ਜੀ ਹਾਂ ਤੁਹਾਨੂੰ ਦੱਸਦੀ ਕਿ ਸਿੱਧੂ ਮਸੇਵਾਲੇ ਦਾ ਡਿਵਾਈਨ ਦੇ ਨਾਲ ਜੋ ਗੀਤ ਰਿਕਾਰਡ ਹੋਇਆ ਸੀ ਜਿਸ ਦਾ ਨਾਮ ਚੋਰਨੀ ਹੈ ਜੀ ਹਾਂ ਚੋੜੀ ਗੀਤ ਇਸੇ ਹਫ਼ਤੇ ਦੇ ਵਿੱਚ ਰਿਲੀਜ਼ ਹੋਣ ਵਾਲਾ ਹੈ। ਇਸ ਦੀ ਜਾਣਕਾਰੀ ਖੁਦ ਡਿਵਾਈਨ ਦੇ ਵੱਲੋਂ ਦਿੱਤੀ ਗਈ ਆ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ। ਦੱਸਦੀ ਹੈ ਕਿ ਸਿੱਧੂ ਮੂਸੇਵਾਲੇ ਦੇ ਚੋੜੀ ਗੀਤ ਨੂੰ ਵੈਸੇ ਹਰ ਕੋਈ ਸੁਣ ਚੁੱਕਿਆ ਕਿਉਂਕਿ ਡਿਵਾਈਨ ਨੇ ਇੱਕ ਲਾਈਵ ਸ਼ੋਅ ਦੇ ਵਿੱਚ ਇਸ ਦੇ ਕੁਝ ਟੱਪੇ ਜਿਹੜੇ ਨੇ ਉਹ ਗਾਇਸੀ ਕੁਝ ਪੈਰੇ ਉਸ ਦੇ ਵੱਲੋਂ ਗਾਏ ਗਏ ਸੀ ਜੋ ਕਿ ਕਾਫੀ ਵਾਇਰਲ ਵੀ ਹੋਏ ਸੀ। ਸਿੱਧੂ ਮਸੇਆ ਦਾ ਮਹੱਤਵਪੂਰਨ ਜਿੰਨੇ ਵੀ ਉਸਦੇ ਗੀਤ ਰਿਲੀਜ਼ ਹੋਏ ਨੇ ਲੋਕਾਂ ਦੇ ਬੜੇ ਹੀ ਚਾਅ ਦੇ ਨਾਲ ਉਹਨਾਂ ਨੂੰ ਸੁਣਿਆ ਹੈ ਇੱਥੇ ਹੀ ਜੇਕਰ ਗੱਲ ਕਰੀਏ ਤਾਂ ਸਿੱਧੂ ਦੇ ਮਾਤਾ ਪਿਤਾ ਦਾ ਵੀ ਇਹੀ ਕਹਿਣਾ ਸੀ ਕਿ ਸਿੱਧੂ ਬੇਸ਼ੱਕ ਇਸ ਦੁਨੀਆ ਤੋਂ ਚਲਾ ਗਿਆ ਪਰ ਗਿੱਤਾ ਰਾਹੀ ਆਉਣ ਵਾਲੇ 10-15 ਸਾਲਾਂ ਤੱਕ ਮਾਪੇ ਆਪਣੇ ਪੁੱਤ ਨੂੰ ਜਿਉਂਦਾ ਰੱਖਣਗੇ ਸੋ ਸਿੱਧੂ ਦੇ ਫੈਨਸ ਲਈ ਬਹੁਤ ਵੱਡੀ ਖੁਸ਼ਖਬਰੀ ਇਸੇ ਹਫ਼ਤੇ ਸਿੱਧੂ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ ਇੱਕ ਵਾਰ ਤੁਸੀਂ ਵੀ ਜ਼ਰੂਰ ਦੱਸੋ ਸਿੱਧੂ ਦੇ ਨਵੇਂ ਗੀਤ ਦੀ ਤੁਸੀਂ ਕਿੰਨੀ ਕੁ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੋ